ਅਸਲਾਮ ਵਾਲੇਕਮ, ਤੁਹਾਡਾ ਵੀਰ ਸ਼ਫਕਤ ਬਾਰੀ, ਮੈਂ ਸਦਕੇ ਮੈਂ ਬਾਰੀ। ਜਿੰਨੀ ਕੁ ਸਾਡੇ ਕੋਲ ਆਬਾਦੀ ਵੱਧ ਗਈ ਹੈ ਨਾ, ਪਿੰਡਾਂ ਦੇ ਵਿੱਚ ਸੌੜੀਆਂ ਥਾਵਾਂ, ਅਤੇ ਆ ਬਾਹਰ ਲੋਕ ਨਿਕਲ ਪਏ, ਕੋ ਪਲਾਟ ਲਓ, ਕੋ 5 ਮਰਲੇ 10 ਮਰਲੇ ਲਓ। ਅਤੇ ਸਾਡੀ ਇਹ ਖੁਸ਼ਬਖਤੀ ਹੈ, ਜ਼ਿਲ੍ਹਾ ਉਕਾੜਾ, ਤਹਿਸੀਲ ਰਨਾਲਾ ਖੁਰਦ, ਅੱਡਾ ਚੂਚਕ, ਇੱਥੇ ਰੋਡ ਦੇ ਉੱਤੇ ਨਾ ਪੁਲਿਸ ਨੇ ਕੁਬਰਾ ਹਾਊਸਿੰਗ ਸੁਸਾਇਟੀ ਇਹ ਬਣ ਗਈ। ਇਹ ਬਣਾਉਣ ਵਾਲੇ ਇਹਨਾਂ ਦੇ ਮਾਲਕ ਸਰਦਾਰ ਵਿਕਾਸ ਸਾਹਿਬ, ਇਸ ਟਾਈਮ ਅਸੀਂ ਇੱਥੇ ਖਲੋਤੇ ਹਾਂ ਜੀ। ਇਹਦੇ ਵਿੱਚ 5 ਮਰਲੇ 10 ਮਰਲੇ ਦਾ ਪਲਾਟ ਲੋਕ ਦੜਾਦੜ ਲਈ ਜਾਂਦੇ ਨੇ, ਦੁਕਾਨਾਂ ਇਹਦੇ 'ਚ ਬਣ ਗਈਆਂ, ਇਹ ਕੋਠੀ ਵੀ ਉਹਨਾਂ ਨੇ ਬਣਾਈ। ਇੱਥੇ ਉਹਨਾਂ ਨੇ ਨਾ ਲੌਰ ਹੀ ਬਣਾ ਛੱਡਿਆ, ਨਾਲੇ ਅੱਜ ਅਸੀਂ ਉਹਨਾਂ ਨੂੰ ਮਿਲਣੇ ਹੈ। ਮਿਲ ਕੇ ਤਾਂ ਉਹਨਾਂ ਕੋਲ ਆਏ ਹੋਏ ਜਿਹੜੇ ਪ੍ਰਾਹੁਣੇ ਨੇ, ਉਹਨਾਂ ਨਾਲ ਵੀ ਤੁਹਾਡਾ ਤਾਰਫ ਕਰਾਉਣੇ ਹੈ। ਆ ਵੇਖੋ ਨਾ, ਵਿੱਚ ਪੱਕੀਆਂ ਸੜਕਾਂ, ਦਰਖਤ ਲੱਗੇ ਹੋਏ, ਰੁੱਖਾਂ ਦੀ ਛਾਂ ਵੀ, ਪਾਣੀ ਦੀ ਨਿਕਾਸੀ। ਸਾਰਿਆਂ ਤੋਂ ਵੱਡਾ ਮਸਲਾ ਨਾ ਇਹ ਸੁਸਾਇਟੀਆਂ ਦੇ ਵਿੱਚ ਪਾਣੀ ਦਾ ਹੁੰਦਾ ਹੈ, ਅਤੇ ਇਹਦੇ 'ਚ ਪਾਣੀ ਦੀ ਨਿਕਾਸੀ ਬੜੀ ਹੈ। ਇਹ ਵੱਡੀ ਨਹਿਰ ਕੋਲੋਂ ਲੱਗਦੀ ਪਈ ਮੈਂਡਰ, ਸੇਵਰੇਜ ਇਹਦੇ 'ਚ ਪਾ ਕੇ, ਅਤੇ ਪਾਣੀ ਦੀ ਨਿਕਾਸੀ ਬੜੀ ਹੈ, ਰਹਿਸ਼ ਵਾਸਤੇ ਬੜੀ ਸੋਹਣੀ ਥਾਂ ਹੈ। ਅਤੇ ਰਾਤ ਇੱਥੇ ਸਕਿਉਰਟੀ ਦਾ ਬੜਾ ਇੰਤਜ਼ਾਮ ਹੈ, ਉਹ ਮੇਨ ਗੇਟ ਦੇ ਉੱਤੇ ਉੱਥੇ ਗਾਰਡ ਬੈਠਾ ਹੁੰਦਾ ਦਿਨ ਰਾਤ, ਅੰਦਰ ਕੋਈ ਖਤਰਾ ਨਹੀਂ, ਕੋਈ ਪਰੇਸ਼ਾਨੀ ਨਹੀਂ। ਇੱਥੇ ਜਿਹੜੀ ਪਲਾਟਿੰਗ ਹੋਈ ਪਈ ਹੈ ਨਾ, 5 ਮਰਲੇ 10 ਮਰਲੇ, ਇਹ ਪਲਾਟ ਨਗਦ ਵੀ, ਕਿਸ਼ਤਾਂ 'ਤੇ ਵੀ ਇੱਥੇ ਦਿੱਤੇ ਜਾਂਦੇ ਨੇ, ਲੋਕ ਦੜਾਦੜ ਲਈ ਜਾਂਦੇ ਨੇ। ਪੱਕੀਆਂ ਸੜਕਾਂ, ਵਿੱਚ ਪਾਰਕ, ਮਸਜਿਦ ਵੀ ਹੈ, ਦੁਕਾਨਾਂ ਵੀ ਹੈ, ਬੜਾ ਇਹ ਸੋਹਣੀ ਸੁਸਾਇਟੀ ਬਣੀ ਹੈ। ਆਓ ਹੁਣ ਚੱਲ ਕੇ ਅਤੇ ਉਹਨਾਂ ਨੂੰ, ਸਰਦਾਰ ਸਾਹਿਬ ਨੂੰ ਮਿਲਦੇ ਹਾਂ। ਅਸਲਾਮ ਵਾਲੇਕਮ ਜੀ, ਤੁਹਾਨੂੰ ਬਾਹਰ ਦੱਸਿਆ ਗੁਰਚਨੇ ਕੁਬਰਾ ਹਾਊਸਿੰਗ ਸੁਸਾਇਟੀ ਸਕੀਮ ਵਿੱਚ ਉਹਨਾਂ ਦੇ ਮਾਲਕ ਸਰਦਾਰ ਵਿਕਾਸ, ਇਸ ਟਾਈਮ ਅਸੀਂ ਉਹਨਾਂ ਦੇ ਡੇਰੇ 'ਤੇ ਬੈਠੇ ਹਾਂ, ਅਤੇ ਉਹਨਾਂ ਦੇ ਨਾਲ ਆਏ ਹੋਏ ਪੁਰਾਣੇ ਮਲਕ ਜ਼ਫਰ ਇਕਬਾਲ ਭੱਟੀ, ਅਲੀ ਬਾਈ, ਅਖਤਰ ਓਫ ਲਹਿਰੀ, ਖਾਦਮ ਹੁਸੈਨ, ਮਲਕ ਅਸਲ ਰਿਆਜ਼ ਭੱਟੀ ਅਤੇ ਹਾਦੀ ਪੁੱਤਰ। ਬਾਕੀ ਤਾਂ ਤੁਹਾਨੂੰ ਤਾਰਫ ਹੈ, ਪ੍ਰਾਈਡ ਆਫ ਪਰਫਾਰਮੈਂਸ ਨੇ, ਕਿਸੇ ਤਾਰਫ ਦੇ ਮੁਤਾਜ ਨੇ। ਦਬੰਗ ਆਵਾਜ਼ ਦੇ ਮਾਲਕ ਡਾਕਟਰ ਜ਼ਫਰ ਇਕਬਾਲ ਚੱਦੜ, ਜਿਹੜੇ ਮਾਣ ਮਾਣ ਦਾ ਦੌੜਾ ਰੱਖਦੇ ਨੇ, ਆਪਾਂ ਨੂੰ ਸੁਣਾਉਂਦੇ ਨੇ, ਅਤੇ ਅੱਜ ਇੱਕ ਵਾਰੀ ਫਿਰ ਆਪਾਂ ਨੂੰ ਸੁਣਾਉਣਗੇ ਡਾਕਟਰ ਜ਼ਫਰ ਇਕਬਾਲ ਚੱਦੜ। ਲੁੱਕਾ ਬੈਠੇ ਮਾਲਕ ਮਜਮਿਆਂ ਦਾ, ਕਦਮ ਸਹਿਨ ਲੁੱਕਾ ਬੈਠੇ ਮਾਲਕ ਮਜਮਿਆਂ ਦਾ, ਕਿਤੇ ਵਗ ਦਰਬਾਰੀ ਗਏ ਨੀ। ਚਲੋ ਦਰਦ ਤਾਂ ਗੈਰ ਨਿਆਰੀ ਆ, ਕਿਤੇ ਸੱਜਣ ਨਿਆਰੀ ਗਏ। ਲੁੱਕਾ ਬੈਠੇ ਮਾਲਕ ਮਜਮਿਆਂ ਦਾ, ਕਿਤੇ ਵਗ ਦਰਬਾਰੀ ਗਏ ਨੀ। ਚਲੋ ਦਰਦ ਤਾਂ ਗੈਰ ਨਿਆਰੀ ਆ, ਕਿਤੇ ਸੱਜਣ ਮਿਆਰੀ ਗਏ। ਕਦਮ ਸਹਿਨਾ ਦਾ ਵੀ ਸ਼ੱਕ ਪਾਉਂਦਾ, ਅਗਲੇ ਡਰ ਛੋੜ ਬਾਜ਼ਾਰੀ ਗਏ ਨੀ। ਆਪਣੀਆਂ ਆਪ ਮੁਕਾਣਾ ਜਲ ਹੱਥ ਕੇ ਮਦਾਰੀ ਗਏ ਵੀ ਕਿਰਦਾਰ ਦੀ ਫਸਲ ਦਾ ਕਣ ਘਟਿਆ ਗੁਰਬਖਤਾਂ ਦੀਆਂ ਸਿੱਖੀਆਂ। ਸਰਦਾਰ ਸਾਹਿਬ ਕੀਤਾ ਕਿ ਕਿਰਦਾਰ ਦੀ ਫਸਲ ਦਾ ਕਣ ਘਟਿਆ ਗਈਆਂ ਗੁਰਬਖਤਾਂ ਦੀਆਂ ਸਿੱਖੀਆਂ। ਅਜਿੰਨਾ ਪੋੜਿਆ ਨਾ ਪਿਓ ਦਾਦੇ ਦਾ, ਮੇਰੇ ਸਾਹਮਣੇ ਨਸਲਾਂ ਸਿੱਖੀਆਂ। ਕਈ ਲੇਖ ਦੀ ਪੀਏ ਚੜਗੜੇ ਗਏ, ਕਈ ਜਾਣ ਕੇ ਕੱਢ ਗਏ ਚਿੱਠੀਆਂ। ਅਲਤਾਫ ਰਸ਼ ਬੇ ਲੋੜਿਆਂ ਦਾ, ਬੰਦੇ ਕੰਮ ਦੇ
ਖਾ ਲਈਆਂ ਨੇ। ਵਾਹ 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 ਵੀ ਮੇਰੀ ਕਦਮ ਸੇਡ ਜ਼ਫਰ ਭਾਈ ਸਰਦਾਰ ਹਕਾਸ ਮੈਂ ਵੀ ਮੇਰੀ ਹਰੀ ਹੋਈ ਸ਼ਹਿਰ ਦੇ ਕੁਝ ਨਾ ਲੱਗਦੇ ਛੜੇ ਵਸਦੇ ਵਕਤ ਦੇ ਸਾਰੀਆਂ ਚੰਗਾ ਲੱਗਦਾ ਬਰਨ ਤੇ ਕੱਜ ਹੁੰਦਾ ਗੰਗਾ ਨਲਿਆ ਸਰਾਬ ਤੋੜਦਾ ਹੁੰਦਾ ਨਸਰੀ ਦਰਦ ਦਾ ਕਸਮ ਖੁਦਾ ਦੀ ਇੱਕੋ ਸੱਜਣ ਮੇਰਾ ਰੱਬ ਕਾਫੀ ਕੱਦ
ਜਿਹੜਾ ਨੇਕ ਸਤਾਰੇ ਦੇ ਛੱਡਦਾ ਹੈ, ਕਦੇ ਪੈਰ ਤੇ ਦੇਖਾ ਕਰ ਲੈਂਦਾ ਹੈ, ਕਦੇ ਛੱਡੇ ਤਾਰੇ ਤੇ ਲੜ ਮਾਰ ਜ਼ਮੀਨ ਤੇ ਬੰਗਲਿਆਂ ਤੇ ਬਾਨੇ ਤੜਕੇ ਸਾਰੇ ਦੇ ਛੱਡਦਾ ਹੈ, ਬੰਨੇ ਖੇਡ ਜਦਨ ਸਰਦਾਰੀ ਦੀ ਉਹਦਾ ਪੁੱਤਰ ਨਿਕਾਰੇ ਦੇ ਚੰਗੇ ਲੱਗਦੇ ਲੋਕ ਹੀ ਸ਼ਹਿ ਹੁੰਦੇ ਨੇ ਸੁੱਖ ਬਰਮ ਬੇਰੀਆਂ ਨਾਲ ਮੁੱਕੇ ਹੋਏ ਮੁਸ਼ਤਾਕ ਮੁਸੀਬਤਾਂ ਦੇ ਕਦੇ ਪਾਉਂਦੇ ਪੱਕੜ ਕਲਾ ਸਾਰੇ ਬੇਲੀ ਮਤਲਬ ਤਾਈ ਨਹੀਂ ਹੁੰਦੇ ਸਰਦਾਰ ਸਾਹਿਬ ਸਾਰੇ ਬੇਲੀ ਮਤਲਬ ਤਾਈ ਨਹੀਂ ਹੁੰਦੇ ਇਹ ਮੁਲਕ ਦੇ ਗਲਤ ਖਿਆਲ ਹਨ ਖਾਦਮ ਆਂਦਾ ਵੀ ਖਾਦੇ ਰਲ ਕੇ ਸਿਰਫ ਗਿਰਾਂ ਦੀ ਲੱਜ ਨੂੰ ਪੱਗੇ ਦੇ ਨਸਲੀ ਸੌ ਸੌ ਸਾਲ ਮਲਕ ਨਦੀਮ ਅਕਰਮ ਭੱਟੀ ਸਾਹਿਬ ਉਹਨਾਂ ਦਾ ਤਾਰਫ ਵੀ ਹੋ ਗਿਆ ਕੋਲੇ ਆਏ ਨੇ ਲੇਟ ਆਏ ਨੇ ਤੇ ਉਹਨਾਂ ਦਾ ਵੀ ਤੁਹਾਨੂੰ ਤਾਰਫ ਦੱਸ ਦਿੱਤਾ ਸ਼ਬਕਤ ਬਾਈ ਅਲੀ ਬਾਈ ਦਾ ਦੁਬਾਰਾ ਫਰਮਾਇਸ਼ ਹੈ ਕਿ ਅਲਤਾਫ ਦਾ ਦੌਰਾ ਦੁਬਾਰਾ ਸੁਣਾਇਆ ਜਾਵੇ ਅਲਤਾਫ ਭਾਈ ਮੈਂ ਆਪਣਾ ਅਲੀ ਭਾਈ ਮੈਂ ਕਿਰਦਾਰ ਦੀ ਫਸਲ ਦਾ ਕਣ ਕੱਢਿਆ ਕਈਆਂ ਗੁਰਬਖਤਾਂ ਦੀਆਂ ਸਿੱਖਿਆ ਜਿੰਨਾ ਬੋੜਿਆ ਨਾ ਪਿਓ ਦਾਦੇ ਦਾ ਮੇਰੇ ਸਾਹਮਣੇ ਨਸਲਾਂ ਦੇ ਕਦੀ ਕਈ ਲੇਟ ਦਿੱਤੀ ਹੈ ਜਰੜੇ ਕਈ ਜਾਣ ਕੇ ਕੱਢ ਗਏ ਚਿੱਠੀਆਂ ਅਲਤਾਫ ਰਸ ਦੇ ਲੋੜਿਆਂ ਦਾ ਬੰਦੇ ਕੰਮ ਦੇ ਅਗਾ ਬਈ ਤਵੀ ਸੱਪ ਵਰਗੇ ਸੱਜਣ ਜ਼ਰੂਰ ਡੰਗੇ ਦਿਨ ਭਾਵੇਂ ਗਾਰੇ ਚ ਦਰਦ ਪੜੀ ਮਨ ਫਿਤਰਤ ਕਦਾ ਹੀ ਤਬਦੀਲ ਨਹੀਂ ਹੁੰਦੀ ਭਾਵੇਂ ਜਿਤਨੇ ਚੜਾਨ ਵਰੇ ਲੱਭੇ ਲੱਗਦਾ ਰਾਤ ਤੇ ਜੇਲ ਜੇਲ ਚਲਕੇ ਉਹਦੀ ਲੋੜ ਤੋਂ ਬਾਹਰ ਛੁੜੀ ਮਨ ਬਦ ਨਸਲੇ ਸੰਗਤੀ ਕਸਮ ਖੁਦਾ ਦੀ ਮੁੱਲ ਲੈ ਕੇ ਮਾਰ ਦਿੱਤੀ ਅਗਮਨਾ ਵੀ ਕੋਈ ਸੋਚੋ ਟੁੱਟੋ ਦਿਲ ਚਾ ਕੇ ਕਿਹਦੇ ਵੰਜਣ ਗਰੀਬ ਨੀ ਮਾਣੇ ਕੋਈ ਹੈ ਤਾਜਰ ਅਲੀ ਭਾਈ ਕੋਈ ਹੈ ਤਾਜਰ ਬਾਹਰ ਨਵੇਂ ਦੇ ਜਿਹੜਾ ਰੱਖ ਲੈ ਮਾਰੂ ਇਸ ਦੌਰ ਚ ਕੌਣ ਹਯਾਤ ਰੱਖਦਾ ਹੀ ਕੱਸੇ ਸੱਜਣ ਗਰੀਬ ਦਾ ਮਾਣ ਹੈ ਬੰਦੇ ਮਗਰੂ ਲਾ ਕੇ ਸ਼ੁਕਰ ਕਰਨ ਦਿਨ ਭੁੱਖੇ ਸੱਜਣ ਤੇ ਦਰਦ ਪੁਰਾਣੇ ਨਵੀਂ ਕਈ ਸੰਗਤ ਤੇ ਜਿਹੜੇ ਦਰਦ ਉਤਰੇ ਮੇਰੇ ਸੰਗ ਦੀ ਮਹਿਰਾਜ ਆਈ ਮੈਂ ਤੂੰ ਪੁੱਛ ਕੇ ਵਰਨਾ ਲਾਣਾ ਦੇ ਅਲੀ ਭਾਈ ਹਰ ਭਾਰ ਤੇ ਮੇਰਾ ਨਵੀਂ ਤੇਰੀ ਸੰਗਤ ਤੇ ਜਿਹੜੇ ਦਰਦ ਉਤਰੇ ਮੇਰੇ ਸੰਗ ਦੀ ਮਹਿਰਾਜ ਆਈ ਮੈਂ ਤੂੰ ਪੁੱਛ ਕੇ ਵਰਨਾ ਲਾਣਾ ਦੇ ਹਰ ਭਾਰ ਤੇ ਮੇਰਾ ਰਾਜ ਤੇਰੇ ਸੱਜਣ ਵੀ ਛੋੜਿਆ ਡਾ ਸਕਦੇ ਜਿਹੜਾ ਸਿਰ ਤੇ ਬਖਤ ਦਾ ਤਾਜ ਆਈ ਅੱਜ ਵਕਤ ਰਫੀਕ ਨਿਵਾਈ ਮਤਲਾ ਹੈ ਕਦੇ ਵਕਤ ਮੇਰਾ ਮੁਹਤਾਜ ਹੈ ਅੰਦਾ ਖੁਦ ਆਏ ਪਿਆਰ ਦੇ ਰਸਤਿਆਂ ਤੇ
ਸਾਨੂੰ ਸਮਝ ਪਿਆਰ ਦਿੱਤਾ ਹੀ ਨਹੀਂ। ਸਰਦਾਰ ਸਾਹਿਬ ਆਸਿਆਂ ਦੀ ਨੀਂਦਰੇ ਸੌ ਲੈਂਦੇ ਗੱਲ ਸੋਚ ਵਿਚਾਰ ਕੀਤਾ ਜਿਹੜੀ ਕੜ ਬਣ ਹੈ ਆਉਂਦੀ ਏ ਸਰਕਾਰ ਦੀ ਕਾਈ ਨਹੀਂ ਮੈਂ ਨਲਮੀ ਤੂੰ ਨਾ ਜੱਟ ਵਿਸਦਾ ਤੈਨੂੰ ਫਜਰ ਦੁਪਹਿਰ ਦੀ ਕਾਈ ਨਹੀਂ ਲਾਵੀ ਬੇਲੀਓ ਨਾਮ ਰੱਖਾ ਜੀਂਦੇ ਵਸਦੇ ਰਹੋ ਤੇ ਵਸਦੇ ਰਹੋ।